ਆਪਣੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਕੀ ਹੈ ਪੰਜਾਬ ਭਰ ਦੇ ਵਿੱਚ ਜਿਹੜਾ ਕੀ ਹੈ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜਾ ਕਰਫਿਊ ਲਗਾਇਆ ਗਿਆ ਸੀ ਤੇ ਜਿਹੜਾ ਟਾਈਮ ਸੀਗਾ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਪੂਰਨ ਤੌਰ ਤੇ ਰੋਕ ਸੀ ਆਵਾਜਾਈ ਤੇ ਰੋਕ ਸੀ ਤੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਘੜੀ ਦਿਖਾਣਗੇ ਜਿਹੜਾ ਇਸ ਵੇਲੇ 10:15 ਦਾ ਟਾਈਮ ਹੋ ਚੁੱਕਾ ਹੈ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਗੌਰਮੈਂਟ ਕਾਲਜ ਚੌਂਕ ਦੇ ਵਿੱਚ ਜਿੱਥੇ ਕਿ ਇੱਕ ਸੜਕ ਹਾਦਸਾ ਵਾਪਰਿਆ ਹੈ ਲੇਕਿਨ ਗਨੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੈਂ ਕਹਾਂਗਾ ਦਿਖਾਣਗੇ ਕੈਮਰਾਮੈਨ ਇੱਥੇ ਐਕਟਿਵਾ ਪਈ ਹੋਈ ਹੈ ਐਕਟਿਵਾ ਵਾਲਾ ਜਿਹੜਾ ਸੀ ਮੰਡੀ ਦੇ ਵਿੱਚੋਂ ਜਿਹੜਾ ਕੀ ਹੈ ਆਪਣੇ ਕੰਮ ਤੋਂ ਜਿਹੜਾ ਕਰਫਿਊ ਤੋਂ ਪਹਿਲਾਂ ਪਹਿਲਾਂ ਜਿਹੜਾ ਸੀਗਾ ਘਰ ਜਾ ਰਿਹਾ ਸੀ ਲੇਕਿਨ ਇੱਕ ਟਰੱਕ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚੋਂ ਫਗਵਾੜਾ ਰੋਡ ਵੱਲ ਨੂੰ ਜਾ ਰਿਹਾ ਸੀ ਤੇ ਉਹਦੇ ਉੱਪਰ ਜਿਹੜਾ ਕਿ ਚੜਾ ਦਿੱਤਾ ਗਿਆ ਲੇਕਿਨ ਗਨੀਮਤ ਇਹ ਰਹੀ ਕਿ ਜਿਹੜਾ ਉਹ ਕੋਈ ਜਾਨੀ ਨੁਕਸਾਨ ਨਹੀਂ ਹੋ ਪਾਇਆ ਮੌਕੇ ਤੇ ਇੱਥੇ ਪੁਲਿਸ ਪਹੁੰਚੀ ਹੈ ਤੇ ਜਿਹੜੇ ਡਰਾਈਵਰ ਨੇ ਗੱਡੀ ਦੇ ਉਹ ਵੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੈ ਤੇ ਤੁਹਾਨੂੰ ਲੈ ਕੇ ਚੱਲਾਂਗੇ ਉਹਨਾਂ ਦੇ ਵੱਲ ਵੀ ਤੇ ਪਹਿਲਾਂ ਗੱਲ ਕਰਾਂਗੇ ਆਪਾਂ ਜਿਹੜੇ ਇੱਥੇ ਐਕਟਿਵਾ ਚਲਾ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕੀ ਮਾਮਲਾ ਹੋਇਆ ਸੀ ਇੱਕ ਵਾਰੀ ਉਹਨਾਂ ਨਾਲ ਪੁੱਛਣ ਦੀ ਗੱਲ ਜ਼ਰੂਰ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਭਾਜੀ ਹਾਂਜੀ ਰਾਜ ਕੁਮਾਰ ਜੀ ਇਹ ਕੀ ਮਾਮਲਾ ਹੋਇਆ ਜਿਹੜਾ ਭਾਜੀ ਇੱਥੇ ਐਕਸੀਡੈਂਟ ਹੋਇਆ ਅਸੀਂ ਇੱਧਰੋਂ ਨਾ ਮੰਡੀਓ ਦੀ ਆ ਰਹੇ ਸੀਗੇ ਆਪਣੇ ਘਰ ਨੂੰ ਜਾ ਰਹੇ ਸੀਗੇ ਤੇ ਇੱਧਰੋਂ ਦੀ ਇਹ ਆਏ ਹੈ ਇੱਧਰੋਂ ਦੀ ਆ ਗਏ ਮਤਲਬ ਉੱਤੇ ਹੀ ਚੜ੍ਹਾਉਣ ਲੱਗੇ ਸੀਗੇ ਸਾਡੇ ਉਹ ਤਾਂ ਚਲੋ ਸ਼ੁਕਰ ਅਸੀਂ ਮਾੜੇ ਐਂ ਕੀਤਾ ਤਾਂ ਸਾਨੂੰ ਨਾਲ ਇੱਕ ਸੀਟ ਦੇ ਅੱਗੇ ਤੱਕ ਲੈ ਗਏ ਨਹੀਂ ਬਚਾ ਸਾਡਾ ਹੋ ਗਿਆ ਨਹੀਂ ਤਾਂ ਸਾਡੇ ਉੱਤੇ ਟਾਇਰ ਚੜ੍ਹ ਗਏ ਸੀ ਕੋਈ ਕਿਸੇ ਤਰ੍ਹਾਂ ਦੀ ਉਹਨੇ ਜਿਹੜਾ ਟਰੱਕ ਵਾਲੇ ਨੇ ਆ ਡਰਿੰਕ ਕੀਤੀ ਹੋਈ ਹੈ ਨਸ਼ਾ ਕੀਤਾ ਹੋਇਆ ਇਹਨਾਂ ਨੇ ਕਿੰਨੇ ਜਣੇ ਜਿਹੜੇ ਐਕਟਿਵਾ ਦੇ ਉੱਤੇ ਮੌਜੂਦ ਸੀ 2 ਜਣੇ ਸੀਗੇ ਤੇ ਹੁਣ ਪੁਲਿਸ ਆਈ ਹੈ ਇੱਥੇ ਪੁਲਿਸ ਆਈ ਹੈ ਕਿੰਨੀ ਕੁ ਦੇਰ ਬਾਅਦ ਪੁਲਿਸ ਆਈ ਹੈ ਅੱਧੇ ਘੰਟੇ ਪੌਣੇ ਘੰਟੇ ਬਾਅਦ ਆਈ ਮਤਲਬ ਕਿ ਤੁਸੀਂ ਆਪਣੇ ਕਰਫਿਊ ਤੋਂ ਪਹਿਲਾਂ ਜਿਹੜਾ ਸੀ ਘਰ ਦੇ ਵਿੱਚ 9:15 ਵਜੇ ਸੀ ਪਹੁੰਚਣ ਦੀ ਕੋਸ਼ਿਸ਼ ਕਰ 9:15 ਵਜੇ ਤੋਂ ਲੈ ਕੇ 10:15 ਵਜੇ 1 ਘੰਟਾ ਲੇਟ ਪੁਲਿਸ ਆਈ ਹੈ ਘੰਟੇ ਠੀਕ ਹੈ ਜੀ ਠੀਕ ਹੈ ਤੇ ਸਾਡੇ ਨਾਲ ਇੱਥੇ ਪੁਲਿਸ ਮੁਲਾਜ਼ਮ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਜਿਹੜਾ ਕੀ ਮਾਮਲਾ ਸਰ ਜਿਹੜਾ ਐਕਸੀਡੈਂਟ ਹੋਇਆ ਕੀ ਮਾਮਲਾ ਸੀ ਪੰਜਾਬ ਸਰਕਾਰ ਨੇ ਜਿਹੜਾ ਕੀ ਆ ਕਰਫਿਊ ਦਾ ਜਿਹੜਾ ਟਾਈਮ ਆ ਕਿੰਨੇ ਤੋਂ ਕਿੰਨੇ ਰੱਖਿਆ 10 ਤੋਂ 6 ਜੀ ਤੇ ਇਸ ਵੇਲੇ ਤਕਰੀਬਨ 10:15-10:20 ਹੋ ਚੁੱਕੇ ਨੇ 10 ਤੋਂ ਪਹਿਲਾਂ ਹੀ ਰੌਣਕ ਪਕਾ ਲਿਆ ਸੀਗਾ ਨਾ ਕਾਗਜ਼ ਪੱਤਰ ਲੈਣੇ ਸੀ ਇਹਨਾਂ ਨੂੰ ਵੀ ਪਤਾ ਕਾਗਜ਼ ਪੱਤਰ 10 ਵਜੇ ਤੋਂ ਪਹਿਲੇ ਲੈ ਲਏ 9:30 ਵਜੇ 9:45 ਵਜੇ ਆਪਾਂ ਕਾਗਜ਼ ਪੱਤਰ ਲੈ ਲਏ ਸੀਗੇ 10 ਵਜੇ ਸ਼ਿਫਟ ਚੇਂਜ ਹੁੰਦੀ ਸੀ ਪਹਿਲਾਂ ਆ ਗਏ ਐਡਵਾਂਸ ਆ ਗਏ ਸੀਗੇ ਤੇ ਲੇਕਿਨ ਅਸੀਂ ਇਸ ਵੇਲੇ ਦੇਖ ਰਹੇ ਹਾਂ ਤੇ ਪੂਰਾ ਹਜੂਮ ਲੱਗਾ ਹੈ ਘੱਟੋ ਘੱਟ 40 ਤੋਂ 50 ਬੰਦੇ ਜਿਹੜੇ ਕਿ ਚੌਂਕ ਦੇ ਵਿੱਚ ਮੌਜੂਦ ਨੇ ਹਾਂਜੀ ਇਹ ਐਕਸੀਡੈਂਟ ਕਰਕੇ ਮੌਜੂਦ ਹੋਏ ਜੀ ਬੰਦੇ ਦੇਖਣ ਵਾਸਤੇ ਤਮਾਸ਼ਬੀਨ ਬਹੁਤ ਹੋ ਜਾਂਦੇ ਹੈਗੇ ਜ਼ਿਆਦਾ ਉਹਦੇ ਕਰਕੇ ਜੀ ਮਤਲਬ ਕਿ ਜਨਤਾ ਸਾਰੀ ਤਮਾਸ਼ਬੀਨ ਦੇਖ ਰਹੀ ਹੈ ਟਰੱਕ ਵਾਲੇ ਨੂੰ ਘੇ ਲਿਆ ਡੰਡਾ ਫੇਰਿਆ ਬਿਠਾ ਲਿਆ ਸਭ ਕੁਛ ਕਰ ਲਿਆ ਥਾਣੇ ਸੱਦ ਲਿਆ ਹੁਣ ਥਾਣੇ ਮੈਡੀਕਲ ਹੋਊਗਾ ਪੱਚਾ ਦਰਜ ਹੋਊਗਾ ਉਹਨਾਂ ਤੇ ਇਹ ਸੀ ਸਾਡੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਕਿ ਲੋਕ ਹਮਦਰਦੀ ਨਾਲ ਇੱਥੇ ਰੁਕ ਰਹੇ ਨੇ ਦੇਖਣ ਲਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਪੰਜਾਬ ਪੁਲਿਸ ਵੱਲੋਂ ਜਿਹੜਾ ਕਿ ਉਹਨਾਂ ਨੂੰ ਤਮਾਸ਼ਬੀਨ ਦਾ ਇੱਕ ਨਾਮ ਦਿੱਤਾ ਗਿਆ ਹੈ ਗੌਰ ਫਰਮਾਵਾਂ ਤਮਾਸ਼ਬੀਨ ਦਾ ਇੱਥੇ ਆਈ ਓ ਵੀ ਖੜੇ ਨੇ ਇੱਥੇ ਆਫੀਸਰ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਜਨਤਾ ਨਾ ਹੁਣ ਦੇਖੋ ਕਿੰਨਾ ਰਸ਼ ਬੰਦਾ ਰਸ਼ ਬੈਨ ਦਾ ਮਤਲਬ ਕੀ ਹੋਇਆ ਜਦ ਅਸੀਂ ਸੱਦ ਲਿਆ ਬੰਦੇ ਨੂੰ ਕਾਗਜ਼ ਪੱਤਰ ਲੈ ਲਿਆ ਗੱਡੀ ਦੇ ਡਰਾਈਵਰ ਨੂੰ ਫੜ ਲਿਆ ਸੀ ਥਾਣੇ ਬੰਦੇ ਸੱਦ ਲਏ ਫਿਰ ਵੀ ਭੀੜ ਭੜਕਾ ਕਰਨ ਬੰਦਾ ਕੀ ਲੋੜ ਹੈ ਭੀੜ ਭੜਕਾ ਕਰਨ ਇਹ ਮੀਡੀਆ ਥੋੜੀ ਸਰ ਦੱਸੂਗਾ ਕਿ ਰਸ਼ ਨੂੰ ਕਿੱਦਾਂ ਕੰਟਰੋਲ ਕਰਨਾ ਨਹੀਂ ਰਸ਼ ਨੂੰ ਭੀੜ ਭੜਕਾ ਦੇ ਹੁਣ ਡੰਡਾ ਫੇਰੀਏ ਜਾਂ ਜਨਤਾ ਦੇ ਇਹ ਤਾਂ ਹੁਣ ਕਰਫਿਊ ਦੇ ਆਰਡਰ ਨੇ ਸਰ ਇਹ ਤਾਂ ਤੁਸੀਂ ਕਰੋਗੇ ਜੀ ਤੇ ਸ਼ਿਕਾਇਤ ਹੁੰਦੀ ਵਜ੍ਹਾ ਦੀ ਡੰਡਾ ਫੇਰ ਦੇ ਪੁਲਿਸ ਵਾਲੇ ਮਾਰਦੇ ਕੁੱਟ ਜਾ ਫਿਰ ਤਾਂ ਕੀ ਪਾਸਦੇ ਆ ਜੀ ਮਤਲਬ ਕਿ ਸਖਤੀ ਕਰਨਾ ਵੀ ਪੁਲਿਸ ਕੋ ਹੁਣ ਲਾਜ਼ਮੀ ਨਹੀਂ ਹੈਗਾ ਕਰਫਿਊ ਦਾ ਲਾਜ਼ਮੀ ਨਹੀਂ ਹੈਗਾ ਇਹ ਡੰਡਾ ਫੇਰੀਆ ਸਾਡੀ ਵੱਲੋਂ ਨਾ ਵੀ ਡੰਡਾ ਫੇਰਦੀ ਜੀ ਪੁਲਿਸ ਕੀ ਕਰੀਏ ਜੀ ਮਜਬੂਰ ਆਉਣਾ ਸੀ ਸਾਰੇ ਪਾਸੇ ਫਸਦੇ ਆ ਜੀ ਠੀਕ ਹੈ ਜੀ ਇਹ ਸੀ ਸਾਡੇ ਨਾਲ ਪੰਜਾਬ ਪੁਲਿਸ ਜਿਹੜੇ ਕਹਿੰਦੇ ਕਿ ਸਖਤੀ ਕਰਦੀ ਹੈ ਪੰਜਾਬ ਪੁਲਿਸ ਤੇ ਲੋਕ ਉਹਦੇ ਉੱਤੇ ਵੀ ਗੁੱਸਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਜਿਹੜਾ ਕਿ ਇੱਥੇ ਲੋਕ ਇਸ ਵੇਲੇ ਖੜੇ ਨੇ ਪਰਿਵਾਰ ਦੇ ਸਦੱਸਿਆ ਤਾਂ ਇੱਥੇ ਮੌਕੇ ਤੇ ਪਹੁੰਚੇ ਹੀ ਪਹੁੰਚੇ ਨੇ ਲੇਕਿਨ ਕੁਝ ਹੋਰ ਲੋਕ ਵੀ ਖੜੇ ਨੇ ਕਿਉਂਕਿ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜਾ ਕਰਫਿਊ ਦਾ ਟਾਈਮ ਸੀਗਾ ਕਰਫਿਊ ਸ਼ੁਰੂ ਹੋ ਚੁੱਕਾ ਹੈ ਪਰ ਇੱਥੇ ਕੋਈ ਵੀ ਕਰਫਿਊ ਦੇ ਜਿਹੜੀ ਕੀ ਹੈ ਪਾਲਣਾ ਨਜ਼ਰ ਨਹੀਂ ਆ ਰਹੀ 2 ਜਾਂ 3 ਮੁਲਾਜ਼ਮ ਇੱਥੇ ਖੜੇ ਨੇ ਪੁਲਿਸ ਮੁਲਾਜ਼ਮ ਇੱਥੇ ਖੜੇ ਨੇ ਲੇਕਿਨ ਕੋਈ ਵੀ ਮੌਜੂਦਾ ਮੌਕੇ ਤੇ ਅਫਸਰ ਨਹੀਂ ਆਇਆ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਕਿੰਨੀ ਕੁ ਪਾਲਣਾ ਕੀਤੀ ਜਾਂਦਾ ਹੈ ਹੁਸ਼ਿਆਰਪੁਰ ਤੋਂ ਕੈਮਰਾਮੈਨ ਅਸ਼ੋਕ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਅੰਕੁਸ਼ ਗੋਇਲ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374 94 647 84374 94 648
देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।